ਦੇਸ਼ ਲੋਕੋ ਵੈਕਸੀਨੇਸ਼ਨ ਸਭ ਤੋਂ ਸਰਕਾਰ ਪਹਿਲੇ ਨੰਬਰ ਤੇ ਜੇ ਅਸੀਂ ਔਰ ਮੀਡੀਆ ਦੇ ਸਾਰੇ ਪਲੱਸ ਕਾਲਜ ਪਲੱਸ ਟੂ ਯੂਨੀਵਰਸਿਟੀ ਜੋ ਆਦੇਸ਼ ਗਰੁੱਪ ਨੇ ਸਟੈਬਲਿਸ਼ ਕੀਤੀ ਹੈ ਸ਼ਾਇਦ ਹੀ ਮੁਕਤਸਰ ਵਿੱਚ ਕਿ ਆ ਗਿਆ ਉਹਨੇ ਆਪਣਾ ਕਲੀਨਿਕ ਖੋਲਿਆ ਪਰ ਸੋਚ ਕਿ ਕੁਝ ਹੋਰ ਸੀ ਪਰਮਾਤਮਾ ਦਾ ਇੱਕ ਮੈਸੇਜ ਹੁੰਦਾ ਹਰ ਇਨਸਾਨ ਨੂੰ ਕਿ ਉਸ ਮੈਸੇਜ ਨੂੰ ਦੇਖਦੇ ਹੋਏ ਉਹਨਾਂ ਨੇ ਇਹ ਨਹੀਂ ਖੋਲਿਆ ਤੇ ਕਾਫੀ ਵੱਡੀ ਸਫਲਤਾ ਪ੍ਰਾਪਤ ਕੀਤੀ ਉਸ ਕੰਮ ਦੇ ਵਿੱਚ ਅਤੇ ਅੱਜ ਵੀ ਜੇ ਪੰਜਾਬ ਦੀ ਅਸੀਂ ਐਜੂਕੇਸ਼ਨਲ ਹਿਸਟਰੀ ਦੇਖਦੇ ਹਾਂ ਤਾਂ ਪੰਜਾਬ ਦਾ ਪਹਿਲਾ ਪ੍ਰਾਈਵੇਟ ਪੋਲੀਟੈਕਨਿਕ ਇਸ ਗਰੁੱਪ ਨੇ ਖੋਲ੍ਹਿਆ ਪਹਿਲਾ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਜੋ ਇਸ ਇੰਜੀਨੀਅਰਿੰਗ ਅਤੇ ਜਿਹੜੇ ਲੈਕਚਰਾਂ ਦੇ ਸੰਸਥਾ ਦੇ ਨਾਲ ਜੁੜੇ ਰਹੇ ਆ ਅੱਜ ਪੰਜਾਬ ਦੇ ਵੱਡੇ ਵੱਡੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਹੇ ਇਸ ਕਾਲਜ ਨੇ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਨੂੰ ਪ੍ਰਿੰਸੀਪਲਸ ਦਿੱਤੇ ਆ ਡਾਇਰੈਕਟਰਸ ਦਿੱਤੇ ਆ ਇਹ ਇਸ ਕਾਲਜ ਦਾ ਬਹੁਤ ਵੱਡਾ ਕ੍ਰੈਡਿਟ ਹੈ ਜ਼ੋਰਦਾਰ ਤਾੜੀਆਂ ਇੱਕ ਵਾਰ ਦੇਸ਼ ਲੋਕਾਂ ਨਾਲ ਇੱਕ ਬਹੁਤ ਵੱਡਾ ਸਫ਼ਰ ਹੁੰਦਾ ਪਰ ਅੱਜ ਅਸੀਂ ਸਵੇਰੇ ਬੈਠੇ ਯਾਦ ਕਰ ਰਹੇ ਸੀਗੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਅੱਛੀ ਤਰ੍ਹਾਂ ਜਾਣਦਾ ਆਪਣੇ ਇਸ ਸੰਸਥਾ ਨੂੰ ਕਿ ਕਿੰਨੀਆਂ ਗਿਆਨ ਲਿਆ ਅਤੇ ਅੱਗੇ ਜਾ ਕੇ ਦੁਨੀਆਂ ਦੇ ਵਿੱਚ ਪ੍ਰਦੇਸ਼ ਦਾ ਨਾਮ ਰੋਸ਼ਨ ਕੀਤਾ ਮੈਂ ਜਿਹੜੇ ਵੀ ਨਾਮ ਮੈਨਸ਼ਨ ਕਰਾਂਗਾ ਉਹ ਸਾਡੀ ਸਾਈਟ 'ਤੇ ਪਾਏ ਹੋਏ ਆ ਤੁਸੀਂ ਖੁਦ ਉਹਨਾਂ ਵਿਦਿਆ ਉਹਨਾਂ ਲਈ ਇਹ ਬਹੁਤ ਵੱਡੀ ਇੰਸਪੀਰੇਸ਼ਨ ਆ ਮੈਂ ਇਸੇ ਕਾਲਜ ਦੇ ਇੱਕ ਸਟੂਡੈਂਟ ਅਮਨਦੀਪ ਸਿੱਧੂ ਤੋਂ ਸਟਾਰਟ ਕਰਾਂਗਾ ਜਿਸਨੇ ਇੱਕ ਬੀਟੈਕ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਵਿੱਚ ਕੀਤੀ ਸੀ ਅਤੇ ਅੱਜ ਉਹ ਸਰਾਬਾਦ ਯੂਨੀਵਰਸਿਟੀ ਹੈ ਮਲੇਸ਼ੀਆ ਦੇ ਵਿੱਚ ਕਰਟ ਯੂਨੀਵਰਸਿਟੀ ਉਸ ਦੇ ਵਿੱਚ ਉਹ ਪ੍ਰੋਫੈਸਰ ਦੇ ਤੌਰ 'ਤੇ ਅੱਜ ਪੰਜਾਬ ਦੇ ਵਿੱਚ ਤਕਰੀਬਨ 150 ਇੰਜੀਨੀਅਰਿੰਗ ਕਾਲਜ ਆ ਪਰ ਉਹਨਾਂ ਤਿੰਨ ਕਾਲਜਿਸ ਤੋਂ ਬਾਅਦ ਹਮੇਸ਼ਾ ਦੇਸ਼ ਦਾ ਨਾਮ ਗਏ ਨੇ ਉਹਨਾਂ ਨੇ ਇਸ ਇਲਾਕੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਆਦੇਸ਼ ਫਰੀਦਕੋਟ ਕੈਂਪਸ ਦਾ 20ਵਾਂ ਸਥਾਪਨਾ ਦਿਵਸ ਮਨਾਇਆ ਗਿਆ ਹੈ ਜਿਹਦੇ ਵਿੱਚ ਸਾਡੇ 20 ਵਰ੍ਹਿਆਂ ਤੋਂ ਜੋ ਆਦੇਸ਼ ਇੰਸਟੀਟਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਆਪਣੀ ਸੇਵਾਵਾਂ ਦੇ ਰਿਹਾ ਹੈ ਉਹਨੂੰ ਅੱਜ ਉਜਾਗਰ ਕੀਤਾ ਗਿਆ ਸਾਡੇ ਬੱਚੇ ਜਿਹੜੇ ਇੱਥੋਂ ਪਾਸ ਆਊਟ ਹੋ ਕੇ ਗਏ ਨੇ ਪਿਛਲੇ 16 ਵਰ੍ਹਿਆਂ ਤੋਂ ਉਹ ਬਹੁਤ ਹੀ ਨਾਮਵਰ ਕੰਪਨੀਆਂ ਦੇ ਦੇਸ਼ ਵਿਦੇਸ਼ਾਂ ਵਿੱਚ ਆਪਣਾ ਸੇਵਾਵਾਂ ਦੇ ਰਹੇ ਨੇ ਅਤੇ ਮੈਨੂੰ ਬੜਾ ਮਾਣ ਅਤੇ ਫਖਰ ਹੈ ਕਿ ਸਾਡੇ 15 ਬੱਚੇ ਇੱਦਾਂ ਦੇ ਨੇ ਜਿਹੜੇ ਅੱਜ 1 ਕਰੋੜ ਸੈਲਰੀ ਨੂੰ ਟੱਚ ਕਰ ਚੁੱਕੇ ਨੇ ਜਿਹੜੇ ਇੱਕ ਬਹੁਤ ਵੱਡੀਆਂ ਕੰਪਨੀਆਂ USA ਦੀ ਇੰਟਲ ਹੋ ਗਈ ਡੈੱਲ ਹੋ ਗਈ ਔਰ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਰਿਸਰਚਰ ਅਤੇ ਪ੍ਰੋਫੈਸਰ ਦੀ ਸੇਵਾਵਾਂ ਦੇ ਰਹੇ ਇਹਦੀਆਂ ਉਪਲਬਧੀਆਂ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਸਾਨੂੰ ਬਹੁਤ ਵੱਡੀ ਗ੍ਰਾਂਟ ਮਿਲੀ ਹੈ 30 ਲੱਖ ਦੇ ਆਸ ਪਾਸ ਜਿਹਦੇ ਵਿੱਚ ਅਸੀਂ ਸੈਂਟਰ ਆਫ ਐਕਸੀਲੈਂਸ ਬਾਇਓਗੈਸ ਅਤੇ ਬਾਇਓ ਐਨਰਜੀ ਦੇ ਵਿੱਚ ਕੰਮ ਕਰ ਰਹੇ ਹਾਂ ਅਤੇ ਸਾਡੇ ਬੱਚੇ ਦੇ ਵਿੱਚ ਪ੍ਰੋਜੈਕਟ 'ਚ ਕੰਮ ਕਰ ਰਹੇ ਹਾਂ ਸਾਡੀ ਬਹੁਤ ਵੱਡੀ ਉਪਲਬਧੀ ਹੈ ਕਿ ਸਾਡਾ 20 ਸਾਲ ਦੇ ਕਾਰਜਕਾਲ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸਾਨੂੰ ਸਨਮਾਨਿਆ ਹੈ ਇਸ ਅਵਾਰਡ ਦੇ ਨਾਲ ਅਤੇ ਇਸ 20ਵੇਂ ਵਰਸ਼ਗਾਂਢ 'ਤੇ ਸਾਡੀ ਮੈਨੇਜਮੈਂਟ ਨੇ ਮੈਨੇਜਮੈਂਟ ਦੇ ਸਾਡੇ ਜਿਹੜੇ ਮੁਖੀ ਨੇ ਡਾਇਰੈਕਟਰ ਟੈਕਨੀਕਲ ਇੰਜੀਨੀਅਰ ਗੁਰਫਤਿਹ ਸਿੰਘ ਜੀ ਗਿੱਲ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਪਿਛੜੇ ਵਰਗ ਦੇ ਬੱਚਿਆਂ ਲਈ ਅਤੇ ਹੋਰ ਜ਼ਰੂਰਤਮੰਦ ਜਿਹੜੇ ਪੜ੍ਹਨਾ ਚਾਹੁੰਦੇ ਆ ਮੈਰੀਟੋਰੀਅਸ ਸਟੂਡੈਂਟ ਲਈ ਅਲੱਗ ਅਲੱਗ ਸਕੋਲਰਸ਼ਿਪ ਯੋਜਨਾਵਾਂ ਤਿਆਰ ਕੀਤੀਆਂ ਨੇ ਜਿਹਦੇ ਵਿੱਚ ਵਿਦਿਆਰਥੀਆਂ ਨੂੰ 100% ਟਿਊਸ਼ਨ ਫੀਸ ਵੇਵਰ ਮਿਲੇਗਾ ਲੋੜਵੰਦ ਬੱਚਿਆਂ ਲਈ ਬਹੁਤ ਵੱਡਾ ਉਪਰਾਲਾ ਹੈ ਜੋ ਸਾਡੀ ਮੈਨੇਜਮੈਂਟ ਨੇ ਸਰਪ੍ਰਸਤੀ ਡਾਕਟਰ HS ਗਿੱਲ ਅਤੇ ਉਹਨਾਂ ਦੇ ਬੇਟੇ ਇੰਜੀਨੀਅਰ ਗੁਰਫਤਿਹ ਸਿੰਘ ਨੇ ਐਲਾਨ ਕੀਤਾ